ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਜਿਹੜਾ ਹੈ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਕਾਰ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਹੈ, ਹਰ ਸਾਲ ਹੀ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦਾ ਪਿਛੋਕੜ ਜਿਹੜਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਤੋਂ 52 ਉਸ ਵੇਲੇ ਦੇ ਰਾਜਿਆਂ ਨਾਲ ਜਿਹੜੀ ਰਿਹਾਈ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਔਰ ਜਦੋਂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜਦੇ ਨੇ ਅਤੇ ਸੰਗਤਾਂ ਵੱਲੋਂ ਉਹਨਾਂ ਦੀ ਆਮਦ 'ਤੇ ਸਮੁੱਚੇ ਰੂਪ ਦੇ ਵਿੱਚ ਜਿਹੜੀ ਆ ਦੀਪਮਾਲਾ ਕੀਤੀ ਗਈ। ਉਸ ਦੀਪਮਾਲਾ ਦਾ ਇਤਿਹਾਸ ਜਿਹੜਾ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਉਸੇ ਤਰ੍ਹਾਂ ਹੀ ਪ੍ਰਚਲਿਤ ਆ ਔਰ ਉਹ ਲਗਾਤਾਰ ਕੀਤਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਰਬਾਰ ਸਾਹਿਬ ਦੀ ਜਿਹੜੀ ਕਮੇਟੀ ਆ ਉਹਦੇ ਵੱਲੋਂ ਇਹ ਦੀਪਮਾਲਾ ਔਰ ਜਿਹੜੇ ਗੁਰਮਤਿ ਸਮਾਗਮ ਨੇ ਉਹ ਲਿਖੇ ਗਏ ਨੇ। ਅੱਜ ਸ਼ਾਮ ਨੂੰ ਗੁਰਮਤਿ ਸਮਾਗਮ ਜਿਹੜੇ ਆ ਸਾਰੇ ਆਰੰਭ ਹੋ ਜਾਣਗੇ। ਇਹਦੇ 'ਚ ਢਾਡੀ ਦਰਬਾਰ, ਕਵੀ ਦਰਬਾਰ, ਕਵੀਸ਼ਰ ਦਰਬਾਰ ਔਰ ਗੁਰਬਾਣੀ ਦਾ ਮਨੋਰ ਕੀਰਤਨ ਜਿਹੜਾ ਹੈ ਉਹ ਸ਼ਾਮਿਲ ਹੈ। ਔਰ ਵਿਸ਼ੇਸ਼ ਤੌਰ 'ਤੇ 7 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਏਗਾ। ਜਿਹੜੇ ਅਭਿਲਾਸ਼ੀ ਅੰਮ੍ਰਿਤ ਛਕਣਾ ਚਾਹੁੰਦੇ ਹੋਣ ਉਹ 7 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਵੇਰ ਦੇ ਟਾਈਮ ਆਪਣਾ ਨਾਂ ਲਿਖਾ ਕੇ ਉਹ ਅੰਮ੍ਰਿਤ ਛਕ ਸਕਦੇ ਨੇ। ਔਰ ਸ਼ਾਮ ਨੂੰ ਜਿਹੜਾ ਹੈ ਉਹ ਰਹਿ ਰਸ ਉਪਰੰਤ ਜਿਹੜੀ ਆ ਉਹ ਅਸਤਬਾਜੀ ਵੀ ਹੋਏਗੀ। ਉਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਲ ਸੰਦੇਸ਼ ਦੇਣਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨੀ ਡਿਓੜੀ ਤੋਂ ਵਿਸ਼ੇਸ਼ ਤੌਰ 'ਤੇ ਕੌਮ ਨੂੰ ਸੰਬੋਧਨ ਕਰਨਗੇ। ਉਹ ਇਸ ਤਰੀਕੇ ਦੇ ਨਾਲ ਸਾਰੇ ਜਿਹੜਾ ਇਹ ਇਸ ਦਿਹਾੜੇ ਨੂੰ ਪੂਰੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾਇਆ ਜਾਵੇ। ਸਰ, ਜਿਹੜੀ ਕੱਲ੍ਹ ਦੀਪਮਾਲਾ ਹੋਣੀ ਜੀ, ਉਹਦੇ ਵਿੱਚ ਕਿੰਨੇ ਦੀਵੇ ਲਗਾਏ ਜਾ ਰਹੇ ਜੀ? ਦੀਵੇ ਤਾਂ ਸੰਗਤਾਂ ਆਪਣੀ ਸ਼ਰਧਾ ਭਾਵਨਾ ਨਾਲ ਲਗਾਉਂਦੀਆਂ ਨੇ ਔਰ ਜਿੰਨੇ ਵੀ ਜਗਾਉਣਗੇ ਗੁਰੂ ਮਹਾਰਾਜ ਉਹਨਾਂ ਦੀ ਇੱਛਾ 'ਤੇ ਆ। ਔਰ ਇਹ ਸਾਰੀਆਂ ਹੀ ਇਮਾਰਤਾਂ ਜਿਹੜੀਆਂ ਨੇ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਦੀਪਮਾਲਾ ਕੀਤੀ ਗਈ ਆ ਔਰ ਅਸ਼ਤਬਾਜੀ ਵੀ ਜਿਹੜੀ ਆ ਉਹ ਬੜੀ ਮਨਮੋਹਕ ਹੋਏਗੀ ਔਰ ਵੱਖ ਵੱਖ ਕਾਰੀਗਰਾਂ ਨੂੰ ਉਹਨਾਂ ਦੇ ਆਰਡਰ ਦਿੱਤੇ ਗਏ ਨੇ ਔਰ ਉਹ ਵੱਖ ਵੱਖ ਬਾਹੀਆਂ ਤੋਂ ਉਹ ਕਾਰੀਗਰ ਵੀ ਆਪਣੀ ਜਿਹੜੀ ਅਸਤਬਾਜੀ ਆ ਉਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹਦੀ ਪੇਸ਼ਕਾਰੀ ਕਰਨਗੇ।